ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਆਮ ਲੋਕ ਤਾਂ ਦੂਰ, ਹੁਣ ਵਿਧਾਇਕ ਵੀ ਸੁਰੱਖਿਅਤ ਨਹੀਂ ਰਹੇ ਅਤੇ ਲਗਾਤਾਰ ਉਹਨਾਂ ਉੱਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਕੁਝ ਦਿਨ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ 'ਚ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਕਾਰ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਹੁਣ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਉੱਤੇ ਹਮਲੇ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਣੂਕੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਉਸ ਵੇਲੇ ਹੋਈ ਜਦੋਂ ਉਹ ਦੇਰ ਰਾਤ ਚੰਡੀਗੜ੍ਹ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਰਸਤੇ 'ਚ ਟੋਲ ਪਲਾਜ਼ਾ ਤੋਂ ਕਾਰ ਸਵਾਰ ਕੁਝ ਵਿਅਕਤੀਆਂ ਨੇ ਉਹਨਾਂ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਚੌਕੀਮਾਨ ਪਿੰਡ ਨੇੜੇ ਆਪਣੀ ਕਾਰ ਉਹਨਾਂ ਦੀ ਕਾਰ ਦੇ ਅੱਗੇ ਲਗਾ ਦਿੱਤੀ। ਸਰਬਜੀਤ ਕੌਰ ਮਾਣੂਕੇ ਨੇ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਨੇੜੇ ਦੇ ਪੁਲਿਸ ਥਾਣੇ ਪਹੁੰਚ ਕੇ ਆਪਣੀ ਜਾਨ ਬਚਾਈ। ਸਰਬਜੀਤ ਕੌਰ ਮਾਣੂਕੇ ਨੇ ਕਥਿਤ ਹਮਲਾਵਰਾਂ ਦੀ ਕਾਰ ਦਾ ਨੰਬਰ ਪੁਲਿਸ ਨੂੰ ਦੇ ਦਿੱਤਾ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮਾਣੂਕੇ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਫਦ ਨੂੰ ਨਾਲ ਲੈ ਕੇ ਸਪੀਕਰ ਨਾਲ ਮੁਲਾਕਾਤ ਕੀਤੀ ਸੀ ਅਤੇ ਆਪਣੇ ਉੱਤੇ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਇਲਜ਼ਾਮ ਵੀ ਲਗਾਏ ਸਨ ਕਿ ਉਹਨਾਂ ਦੀਆਂ ਫੋਨ ਕਾਲਸ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਦੀ ਮੋਬਾਈਲ ਲੋਕੇਸ਼ਨ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦੇਖੋ ਜੀ, ਮੈਨੂੰ ਨਹੀਂ ਪਤਾ, ਜਾਂ ਤਾਂ ਉਹ ਮੇਰਾ ਕੋਈ ਬਹੁਤ ਅੱਛਾ ਵੈਲਵਿਸ਼ਰ ਜਾਂ ਕੋਈ ਇਹਨਾਂ ਦਾ ਕੋਈ ਪਲੈਂਟਡ ਬੰਦਾ ਹੋ ਸਕਦਾ। ਦੋਨੇ ਚੀਜ਼ਾਂ ਹੋ ਸਕਦੀਆਂ, ਜਾਂ ਮੈਨੂੰ ਕੋਈ ਡਰਾ ਰਿਹਾ ਜਾਂ ਮੈਨੂੰ ਕੋਈ ਬਚਾ ਰਿਹਾ। ਹੁਣ ਇਹ ਤਾਂ ਮੇਰੀ ਸਰਕਾਰ ਮੈਨੂੰ ਦੇਖ ਕੇ ਦੱਸੂਗੀ ਨਾ, ਕੈਪਟਨ ਸਾਹਿਬ ਦੇਖ ਕੇ ਦੱਸਣਗੇ। ਚਲੋ ਕੈਪਟਨ ਸਾਹਿਬ ਤਾਂ ਆਪਦੇ ਵਿਦੇਸ਼ੀ ਦੌਰੇ 'ਤੇ ਗਏ ਹੋਏ, ਨਹੀਂ ਉਹਨਾਂ ਕੋਲ ਟਾਈਮ ਤਾਂ, ਨਾ ਹੀ ਉਹਨਾਂ ਕੋਲ ਆਪਦੇ ਵਿਧਾਇਕਾਂ ਵਾਸਤੇ ਟਾਈਮ, ਨਹੀਂ ਤਾਂ ਮੇਰੇ ਵਾਸਤੇ ਤਾਂ ਬਹੁਤ ਘੱਟ ਹੈ। ਸਪੀਕਰ ਸਾਹਿਬ ਤੋਂ ਮੈਂ ਆਸ ਰੱਖਦੀ ਹਾਂ ਵੀ ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਛਾਣ ਕੇ ਬਾਹਰ। ਬਿਊਰੋ ਰਿਪੋਰਟ, ਟੀਵੀ ਪੰਜਾਬ।